ਤੁਸੀਂ ਦੇਖ ਰਹੇ ਜੀ ਡੀਪੀ ਨਿਊਜ਼ ਜੀ ਮੈਂ ਮੋਰਾਜ ਭੱਟੀ ਇਸ ਵੇਲੇ ਆਪਾਂ ਖੜੇ ਹਾਂ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਜੀ ਜਿੱਥੇ ਕਿ ਚੱਕ ਵੰਡੇ ਗਏ ਨੇ ਚੱਕ ਕਾਹਦੇ ਵੰਡੇ ਗਏ ਨੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਆਓ ਉਹਨਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਮੇਨ ਜਿਹੜਾ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ 71 ਹੋਣ ਦਾ ਮਕਸਦ ਇੱਕ ਹੀ ਹੈ ਕਿ ਜਿਹੜੇ ਹਾਸਤਾਗ੍ਰਸਤ ਹੋਏ ਸੀਗੇ ਜ਼ਿਮੀਂਦਾਰ ਜਾਂ ਹੋਰ ਜਿਨ੍ਹਾਂ ਦੇ ਸੱਪ ਡੱਸਣ ਨਾਲ ਜਾਂ ਕਿਸੇ ਦੀ ਥਰੈਸ਼ਰ 'ਚ ਬਾਂਹ ਨਾਲ ਕਿਸੇ ਦਾ ਹੱਥ ਕੱਟਿਆ ਗਿਆ ਉਹਨਾਂ ਨੂੰ ਜਿਹੜੀ ਪੰਜਾਬ ਸਰਕਾਰ ਵੱਲੋਂ ਮੰਡੀਕਰਨ ਬੋਰਡ ਵੱਲੋਂ ਜਿਹੜੀ ਵਿੱਤੀ ਸਹਾਇਤਾ ਦੇਣੀ ਸੀਗੀ ਉਹਦੇ ਸੰਬੰਧ ਜਿੰਨੇ ਪੈਂਡਿੰਗ ਕੇਸ ਪਏ ਸੀਗੇ ਉਹ ਸਾਰੇ ਅੱਜ ਉਹਨਾਂ ਪਰਿਵਾਰਾਂ ਨੂੰ ਦਿੱਤੀ ਗਈ ਹੈ ਤਾਂ ਮੇਰੇ ਖਿਆਲ 4 ਪਰਿਵਾਰ ਜਿਹੜੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਨੇ ਤਾਂ ਇੱਕ ਪਰਿਵਾਰ ਜਿਹੜਾ ਹਾਸਤਾਗ੍ਰਸਤ ਮਾਰਕੀਟ ਕਮੇਟੀ ਕਲਾਨੌਰ ਦਾ ਉਹਨੂੰ ਵੀ ਇੱਥੇ ਹੀ ਬੁਲਾ ਕੇ ਲਗਭਗ 7,25,000 ਜਿਹੜੀ ਅਮਾਊਂਟ ਹੈ ਸਰਕਾਰ ਵੱਲੋਂ ਬਣਦੀ ਸੀਗੀ ਉਹਨਾਂ ਪਰਿਵਾਰਾਂ ਨੂੰ ਅੱਜ ਦਿੱਤੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਵੀ ਜਿਹੜਾ 2021 ਦੇ ਸੀਗੇ ਪੈਸੇ 9 ਕੇਸ ਸੀਗੇ ਉਹਦੇ ਵਿੱਚ 15,00,000 ਤਾਂ 75,000 ਰੁਪਈਆ ਉਹ ਜਿਹੜਾ ਉਹ ਵੀ ਦਿੱਤਾ ਗਿਆ ਹੁਣ ਮੇਰੇ ਖਿਆਲ ਮਾਰਕੀਟ ਕਮੇਟੀ ਵਾਲੇ ਸੈਕਟਰੀ ਸਾਹਿਬ ਮੇਰੇ ਨਾਲ ਨੇ ਕੋਈ ਵੀ ਐਸਾ ਕੇਸ ਨਹੀਂ ਗਾ ਜਿਨ੍ਹਾਂ ਦਾ ਕੋਈ ਐਸਾ ਹਾਸਤਾਗ੍ਰਸਤ 'ਚ ਹੋਇਆ ਹੋਵੇ ਤਾਂ ਆਪਾਂ ਕੋਈ ਉਹਨਾਂ ਦੀ ਬਕਾਇਆ ਪੇਮੈਂਟ ਕਰਨ ਵਾਲੀ ਹੋਵੇ ਤਾਂ ਮੈਂ ਅਰਦਾਸ ਬੇਨਤੀ ਕਰਦਾ ਪਰਮਾਤਮਾ ਗੜੇ ਕਿ ਐਸੇ ਪੈਸੇ ਤਾਂ ਕਿਸੇ ਨੂੰ ਨਹੀਂ ਮਿਲਣੇ ਚਾਹੀਦੇ ਪਰਿਵਾਰਾਂ 'ਚ ਚੁੱਪ ਸ਼ਾਂਤੀ ਰਹਿਣੀ ਚਾਹੀਦੀ ਹੈ ਜੀ ਕੇ ਦਾ ਚਲੇ ਗਿਆ ਤਾਂ ਮੇਰੇ ਖਿਆਲ 2,00,000 ਦੇ ਦਿਓ ਭਾਵੇਂ ਕਿਸੇ ਨੂੰ 10,00,000 ਵੀ ਦੇ ਦਿਓ ਉਹਦਾ ਪਰਿਵਾਰ ਦਾ ਜੀ ਤਾਂ ਨਹੀਂ ਮੁੜਨਾ ਇਹ ਤਾਂ ਇੱਕ ਹੁਣ ਜਿਹੜੀ ਬਣਿਆ ਸਿਸਟਮ ਹੈ ਸਰਕਾਰ ਦਾ ਉਹ ਜਿਹੜੀ ਸਹੂਲਤ ਆ ਆਪਾਂ ਦਿੰਦੇ ਹਾਂ ਬਾਕੀ ਇੰਨਾ ਹੀ ਕਹਿੰਦਾ ਸਾਰਿਆਂ ਦਾ ਇੱਥੇ ਆਇਆਂ ਦਾ ਧੰਨਵਾਦ ਵੀ ਹਾਂਜੀ ਰੰਧਾਵਾ ਸਾਹਿਬ ਡੇਰਾ ਬਾਬਾ ਨਾਨਕ ਇੱਕ ਪਵਿੱਤਰ ਸਥਾਨ ਹੈ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਦੀ ਹੈ ਅਤੇ ਇਸ ਨੂੰ ਵਿਰਾਸਤੀ ਦਿੱਖ ਦੇਣ ਵਾਸਤੇ ਇੱਥੇ ਉਪਰਾਲੇ ਕੀਤੇ ਜਾ ਰਹੇ ਅਤੇ ਦੂਜੇ ਪਾਸੇ ਆਪਾਂ ਇਹ ਗੱਲ ਸੋਚਦੇ ਹਾਂ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਵੜਦਾ ਹੀ ਫਤਿਹਗੜ੍ਹ ਚੂੜੀਆਂ ਵੱਲੋਂ ਰੇਤ ਦੇ ਵੱਡੇ ਵੱਡੇ ਢੇਰ ਜਿਹੜੇ ਆ ਸੜਕਾਂ ਦੇ ਅੱਧ ਵਿਚਕਾਰ ਲੱਗੇ ਆ ਅਤੇ ਟ੍ਰੈਫਿਕ ਦੀ ਸਮੱਸਿਆ ਬੜੀ ਕੀ ਤੁਹਾਡੇ ਵੀ ਧਿਆਨ ਵਿੱਚ ਕੋਈ ਇਹੋ ਜਿਹੀ ਗੱਲ ਹੈ ਮੈਨੂੰ ਅਜੇ ਤੱਕ ਤਾਂ ਐਸਾ ਤੁਸੀਂ ਪਹਿਲੇ ਤਾਂ ਨਹੀਂ ਦੱਸਿਆ ਕਿ ਰੇਤ ਦੇ ਜਿਹੜੇ ਮੇਨ ਸੜਕਾਂ ਦੇ ਵਿੱਚ ਡੈਂਪ ਲੱਗੇ ਨੇ ਮੈਂ ਹੁਣ ਤੁਹਾਡੇ ਜ਼ਰੀਏ ਦੱਸਾਂਗਾ ਕਿ ਉਹ ਜਿਹੜੇ ਵੀ ਟ੍ਰੈਫਿਕ ਦੀ ਜਿਨ੍ਹਾਂ ਨੂੰ ਸਮੱਸਿਆ ਇਹੋ ਜਿਹੀ ਹੈਗੀ ਆ ਇਹਨਾਂ ਨੂੰ ਅੱਜ ਹੀ ਕਹਿ ਕੇ ਆਪਾਂ ਈਓ ਸਾਹਿਬ ਨੂੰ ਕਹਿ ਕੇ ਕਿ ਇਹਨਾਂ ਨੂੰ ਖਤਮ ਕਰੋ ਤਾਂ ਜਿਹੜੀ ਟ੍ਰੈਫਿਕ 'ਚ ਮੁਸ਼ਕਲਾਂ ਆਉਂਦੀਆਂ ਲੋਕਾਂ ਦੀਆਂ ਦੂਰ ਕਰੋ ਰੰਧਾਵਾ ਸਾਹਿਬ ਮਾਰਕੀਟ ਕਮੇਟੀ ਦੇ ਆ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ੇ ਨੇ ਕਿਤੇ ਕੋਈ ਸਮਾਨ ਲੋਕਾਂ ਨੇ ਆਪਣਾ ਨਿੱਜੀ ਤੌਰ ਤੇ ਵਰਤਣ ਰਹੇ ਨੇ ਮੇਰੇ ਖਿਆਲ ਐਸੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਇੱਥੇ ਰਹਿੰਦਾ ਸਾਰਾ ਕੁਝ ਤਾਂ ਠੀਕ ਹੀ ਆ ਸ਼ਾਇਦ ਕੋਈ 1-2 3 ਵੀਲਰ ਵਿਚਾਰੇ ਲਾਉਂਦੇ ਨੇ ਮਾੜੇ ਲੋਕ ਆ ਉਹ ਇੱਥੇ ਖਿਲਾਰ ਲੈਂਦੇ ਕਿ ਰੰਧਾਵਾ ਸਾਹਿਬ ਬਿਲਕੁਲ ਨਾਲ ਹੀ ਇੱਥੇ ਇੱਕ ਰੇਤਾ ਦਾ ਢੇਰ ਲੱਗਾ ਜੀ ਸੜਕ ਦੇ ਵੇਖੋ ਕਿੰਨੀ ਵੱਡੀ ਸਮੱਸਿਆ ਜੀ ਉਹ ਜਿਹੜਾ ਮੈਂ ਤੁਸੀਂ ਮੈਨੂੰ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਰਾਹੀਂ ਮੈਨੂੰ ਪਤਾ ਲੱਗਿਆ ਇਹ ਤਾਂ ਮੈਂ ਹੁਣੇ ਹੀ ਉਹ ਸਾਹਿਬ ਨੂੰ ਕਹਿ ਕੇ ਉਹ ਜਿਹੜੇ ਸਾਈਡ ਤੇ ਕਰਾ ਦਿੰਦੇ ਆ ਉਹਨਾਂ ਨੂੰ ਕਹਿੰਦੇ ਦੁਕਾਨ ਨਾਲ ਵਾਰਨਿੰਗ ਦਿੰਦੇ ਆ ਇਹਨੂੰ ਜਸਟ 1-2 ਦਿਨਾਂ 'ਚ ਚੁੱਕ ਕੇ ਆਪਣੀ ਸਾਈਡ ਤੇ ਕਰ ਲਓ ਨਹੀਂ ਤਾਂ ਉਹਨਾਂ ਤੇ ਜਿਹੜੀ ਅਗਲੀ ਕਾਰਵਾਈ ਹੋਏਗੀ ਬਣਦੀ ਉਹ ਕਰਦੇ ਆਂਗੇ ਉੱਚੀ ਪ੍ਰਸ਼ਾਸਨ ਨੂੰ ਅਲਰਟ ਕਰੋ ਬਿਲਕੁਲ ਕਰਾਂਗੇ ਜੀ ਸਾਡੀ ਪੰਜਾਬ ਸਰਕਾਰ ਦਾ ਇੱਕ ਹੀ ਤਾਂ ਮੁੱਦਾ ਨਜਾਇਜ਼ ਕਬਜ਼ੇ ਛਡਾਉਣੇ ਤੁਸੀਂ ਵੇਖਿਆ ਜਿਹੜੇ ਸਾਡੇ ਪਿੰਡੂ ਵਿਕਾਸ ਮੰਤਰੀ ਆ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਕਿਵੇਂ ਨਜਾਇਜ਼ ਕਬਜ਼ੇ ਛਡਾਏ ਆ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਮੇਰੀ 50 ਸਾਲ ਉਮਰ ਹੈ 55 ਸਾਲ ਹੋ ਗਈ ਹੈ ਮੈਂ ਉਹ ਜ਼ਮੀਨਾਂ ਛਡਾਈਆਂ ਨੇ ਪਿੰਡ 'ਚ ਜਿੰਨਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀਗੇ ਕਿ ਪੰਚਾਇਤ ਦੀਆਂ ਨੇ ਉਹਨਾਂ ਤੋਂ ਵੀ ਕਬਜ਼ੇ ਇਸ ਵਾਰੀ ਛਡਾ ਕੇ ਉਹਨਾਂ ਦੀਆਂ ਬੋਲੀਆਂ ਕਰਵਾਈਆਂ ਵਾ ਤਾਂ ਰੈਵਨਿਊ ਪੰਜਾਬ ਸਰਕਾਰ ਦਾ ਵਧਾਇਆ ਜਿੱਥੇ ਟ੍ਰੈਫਿਕ ਸਮੱਸਿਆ ਦੀ ਇੱਥੇ ਬੜੀ ਵੱਡੀ ਪ੍ਰੋਬਲਮ ਹੈ ਮਹਾਰਾਜੀ ਸਿੰਘ ਚੌਂਕ ਹੈ ਇੱਥੇ ਵੇਖੋ ਤੁਸੀਂ ਲੋਕਾਂ ਨੇ ਪਾਰਕ ਵਾਂਗੂ ਇਹਨਾਂ ਨੂੰ ਵਰਤਦੇ ਮੈਂ ਉਹਨਾਂ ਨੂੰ ਮੈਂ ਹੁਣੇ ਉਹ ਐਸਐਚਓ ਨੂੰ ਕਰਦਾ ਫੋਨ ਕਿ ਇੱਥੇ ਕੋਈ ਵੀ ਟ੍ਰੈਫਿਕ ਤੋਂ ਜੋ ਕੋਈ ਜਿਹੜੀ ਆ ਇਹਨਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਜਿਹੜੇ ਇੱਥੇ ਗੱਡੀਆਂ ਲਾਉਂਦੇ ਆ ਜਾਂ ਨਜਾਇਜ਼ ਕਰਦੇ ਨੇ ਉਹਨਾਂ ਤੇ ਫੌਰਨ ਤੌਰੀ ਤੇ ਕੋਈ ਐਕਸ਼ਨ ਕਰਾਂਗੇ ਤੇ ਉਹਨਾਂ ਨੂੰ ਸਾਈਡ ਤੇ ਕਰਾਵਾਂਗੇ ਹਾਂਜੀ ਰੰਧਾਵ ਸਾਹਿਬ 10 ਸਾਲਾਂ 'ਚ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਕਿੰਨਾ ਕੁ ਫਖਰ ਮਹਿਸੂਸ ਕਰੇ ਮੈਂ ਤਾਂ ਇਹ ਤਾਂ ਵੱਡੀ ਖੁਸ਼ੀ ਵਾਲੀ ਕਿਹੜੀ ਗੱਲ ਹੈ ਇਹ ਤਾਂ ਇਤਿਹਾਸ ਹੈ ਹਿੰਦੁਸਤਾਨ ਦਾ ਇਹ ਤਾਂ ਦੂਜੀਆਂ ਪਾਰਟੀਆਂ ਦਾ ਇਤਿਹਾਸ ਫੋਲ ਕੇ ਦੇਖ ਲਓ ਕਿਵੇਂ ਨੈਸ਼ਨਲ ਪਾਰਟੀਆਂ ਬਣੀਆਂ ਇਹ ਪਾਰਟੀ ਤਾਂ ਬਾਬੇ ਨਾਨਕ ਦੀ ਕਿਰਪਾ ਹੈ ਇਹ ਪਹਿਲੀ ਵਾਰੀ 10 ਸਾਲਾਂ 'ਚ ਨੈਸ਼ਨਲ ਪਾਰਟੀ ਬਣੀ ਹੈ ਖੁਸ਼ੀ ਵਾਲੀ ਗੱਲ ਹੈ ਅਸੀਂ ਪਾਰਟੀ ਦਾ ਕੰਮ ਕਰਕੇ ਆਏ ਹਾਂ ਗੁਜਰਾਤ ਮੈਂ ਵੀ ਗਿਆ ਸੀਗਾ ਮੇਰੀ ਡਿਊਟੀ ਸਪੈਸ਼ਲੀ ਤੌਰ ਤੇ ਮਨੀਨਗਰ ਲੱਗੀ ਜਿੱਥੋਂ ਮੋਦੀ ਸਾਹਿਬ ਚੀਫ ਮਿਨਿਸਟਰ ਬਣਦੇ ਰਹੇ ਮਨੀਨਗਰ ਤੋਂ ਮੇਰੀ ਸਪੈਸ਼ਲ ਉੱਥੇ ਡਿਊਟੀ ਲੱਗੀ ਮੈਂ ਵੀ ਕੰਮ ਕਰਕੇ ਆਇਆ ਤਾਂ ਖੁਸ਼ੀ ਹੋਈ ਆ ਜਿਹੜਾ ਗੁਜਰਾਤ ਦੇ ਲੋਕਾਂ ਨੇ 13% ਵੋਟ ਜਿਹੜੀ ਸਾਨੂੰ ਪਈ ਹੈ ਮੇਰੇ ਖਿਆਲ ਵੀ 30-35 ਐਸੇ ਬੰਦੇ ਨੇ ਜਿਹੜੇ ਦੂਜੇ ਨੰਬਰ 'ਤੇ ਆਏ ਨੇ 5 ਬੰਦੇ ਸਾਡੇ ਜਿੱਤੇ ਨੇ ਤਾਂ 30-35 ਬੰਦੇ ਐਸੇ ਨੇ ਜਿਹੜੇ ਦੂਜੇ ਨੰਬਰ 'ਤੇ ਆਏ ਨੇ ਇੰਟਮਿੰਟ 40 ਸੀਟਾਂ ਸਾਡੀਆਂ ਪੱਕੀਆਂ ਨੇ 27 ਤੱਕ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਗੁਜਰਾਤ 'ਚ ਵੀ ਬਣੇਗੀ ਜਿਹੜੀ ਦੁਬਾਰਾ ਇਲੈਕਸ਼ਨ ਹੋਈ ਸਰ ਹਿਮਾਚਲ ਵਿੱਚ ਖਾਤਾ ਵੀ ਨਹੀਂ ਖੋਲ ਪਾਏ ਕੀ ਕਰਨਾ ਜੀ
वेखो खाता तो नहीं खुलिया, खाता तो खुल जाएगा। खाता तो वेखो ना, पहला खाता पंजाब च कि नवी पार्टी 10 साल च, ठीक है ना। इन्हों के किन्ने क खाते खुल गए ने, बीजेपी हर के गई है इतों गुजरात चो सेंटर च, इन्हों के खाते भी तो बंद हो नहीं रहे ने ना जिन्हें खुले ने। ए भी उन्होंने भी सोचो उन्होंने खाते बंद हो बीजेपी के, साढ़े एक बन्ने खुलन डे नवी पार्टी। काम तो किया जाके, ऐ तो नहीं कह सकते भी आप काम ही नहीं किया। ठीक है, धन्यवाद।